लोग जनी दी पसंद मैनू आपदे आप नू मन ते सी भी दाने मार दी आ हाँ जी हाँ भी हीरा मैं इनू छड के भजया मैं कार च बह गया कि मैं तां लेनी जिहड़ी मर्जी मिल जाए ओ साडे बंदे दी दशमेश पूरी फुल मन पसंद मशीन आ ठीक आ बीर सिंह बमार तो ठीक अज इधर गए हाजरी सी किधर सी अज अज उधर गुरी बन्नी सी उधर मशीन खोलियां मैंने अपनी ਯਾਰੀਆਂ ਸਾਰੇ ਪਾਸੇ ਪਗਾਉਣਾ ਸਾਰੇ ਪਾਸੇ ਨੇ ਆਪਾਂ ਜਵਾਬ ਕਿਸੇ ਨੂੰ ਤੇਰੇ ਉਧਰ ਵੀ ਨਹੀਂ ਆਪਾਂ ਦਿੰਦੇ ਤੇ ਇਧਰ ਵੀ ਨਹੀਂ ਤੇਰੇ ਨਾਲ ਹੁੰਦੇ ਸੀ ਠੀਕ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਬੜੀ ਪਿੰਡ ਦੀ ਫਿਰਨੀ ਤੇ ਇੱਕ ਸੋਨੂੰ ਸੈੱਡ ਦਿੰਦਾ ਗਾ ਸੈੱਡ ਪਾਇਆ ਵਾ ਪੂਰਾ ਵਧੀਆ ਪਾਇਆ ਮਸ਼ੀਨਾਂ ਕਢਾਉਣ ਖਾਤਰ ਹੀ ਆ ਹਨਾ ਤੇ ਮੁੰਡਾ ਹਰਦੀਪ ਸਿੰਘ ਆ ਮੇਰੇ ਪਿੰਡੋਂ ਬੜੀ ਤੋਂ ਹੀ ਜ਼ਿਲ੍ਹਾ ਸੰਗਰੂਰ ਤੇ ਕਮਾਇਨਾ ਲਿਆਉਂਦਾ ਵੀ ਆ ਪੁਰਾਣੀਆਂ ਵੀ ਖਰੀਦਦਾ ਨਵੀਆਂ ਵੀ ਲੈ ਕੇ ਚਲਾਉਂਦਾ ਵੀ ਆ ਤੇ ਸੇਲ ਵੀ ਕਰਦਾ ਹਨਾ ਤੇ ਅੱਜ ਉਹਦੇ ਸੈੱਡ ਚ ਆਏ ਸੀ ਨਾਲੇ ਤਾਂ ਤੁਹਾਨੂੰ ਸੈੱਡ ਦਿਖਾਉਣੇ ਪਾਇਆ ਵਾ ਨਾਲੇ ਕਰਾਉਣੇ ਉਹਦੇ ਨਾਲ ਗੱਲਬਾਤ ਆਜੋ ਕਰਦੇ ਆ ਗੱਲਬਾਤ ਵਧੀਆ ਜੀ ਵਧੀਆ ਠੀਕ ਠਾਕ ਵਧੀਆ ਹਾਂਜੀ 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 ਵਧੀਆ ਜੀ ਠੀਕ ਠਾਕ ਤੈਨੂੰ ਗੱਡੀ ਦੀਆਂ ਭਾਈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਹਾਂਜੀ ਤੇ ਕਿਹੜੀਆਂ ਕਿਹੜੀਆਂ ਮਸ਼ੀਨਾਂ ਖੜੀਆਂ ਨੇ ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਵੀਰੇ ਤੁਹਾਡਾ ਜਿਹੜਾ ਯੂਟਿਊਬ ਤੇ ਚੈਨਲ ਬਣਾਇਆ ਵਾ ਹਰਦੇਵ ਬਾਠ ਦੇ ਨਾਂ ਦੇ 36 30 ਹਾਂਜੀ ਤੇ ਇਹਦੀਆਂ ਤੁਹਾਨੂੰ ਵੀ ਆਪਾਂ ਜੋ ਵੀ ਇਹਨੂੰ ਆਪਣੇ ਵੀਰ ਦੇਖਦੇ ਨੇ ਵੱਧ ਤੋਂ ਵੱਧ ਫੋਲੋ ਤੇ ਸ਼ੇਅਰ ਕਰਿਓ ਵੀ ਵੀਰ ਬਹੁਤ ਵਧੀਆ ਉਪਰਾਲਾ ਹੈ ਨਾ ਵੀਰ ਦਾ ਵੀ ਇਹ ਆਪਣੀਆਂ ਵੀਡੀਓ ਲੈ ਕੇ ਕਿਸਾਨੀ ਦੇ ਪੱਖ ਦੀਆਂ ਜਾਂ ਆਪਣੇ ਸੰਦਾਂ ਦੀਆਂ ਵੀ ਦਿਖਾ ਰਿਹਾ ਹੈ ਨਾ ਸਾਰਿਆਂ ਨੂੰ ਵਧੀਆ ਗੱਲ ਆ ਇਹ ਵੀਰ ਦੀ ਤੇ ਚਲੋ ਹੁਣ ਆਪਾਂ ਗੱਲਬਾਤ ਕਰਦੇ ਜੀ ਇਹ ਦਸ਼ਮੇਸ਼ ਕਿਹੜਾ ਮਾਡਲ ਹੈ ਇਹ ਹੈਗੀ ਆ ਜੀ ਆਪਣੀ 19 ਮਾਡਲ ਆ ਵੀਰੇ ਠੀਕ ਹੈ ਇਹ ਆਪਾਂ ਨਵੀਂ ਕਢਾਈ ਸੀ ਕਿ ਇਹ ਨਵੀਂ ਕਢਾਈ ਸੀ ਨਵੀਂ ਕਢਾਈ ਸੀ 2019 ਚ ਝੋਨੇ ਦੇ ਸੀਜ਼ਨ ਚ ਠੀਕ ਹੈ ਹਾਂਜੀ ਤੇ ਆ ਜਿਹੜੀ ਹਿੰਦ ਨਿਊ ਹਿੰਦ ਹੈਗੀ ਇਹ ਵੀਰੇ ਆਪਾਂ ਇਹਨੂੰ ਅੱਜ ਹੀ ਲੈ ਕੇ ਆਏ ਜੀ ਇਹ ਜਾਨੀ ਸੇਲ ਦੀ ਖਾਤਰ ਆ ਇਹ ਸੇਲ ਖਾਤਰ ਆ ਜੀ ਆ ਇਹ 2012 ਮਾਡਲ ਆ ਜੀ ਠੀਕ ਆ ਇਹਦੇ ਇੰਜਣ ਇਹਦਾ ਚਿੱਟਾ ਟਰਬੋ ਹੈ ਠੀਕ ਆ ਨਾਲ ਦੇ ਟਾਇਰ ਨੇ ਜੀ ਇਹਦੇ ਬੈਕ ਵਾਲੇ ਹੈਗੇ 80 ਪੈਸੇ ਠੀਕ ਆ ਮੂਹਰਲੇ 60 ਪੈਸੇ ਟਾਇਰ ਨਾਲ ਦੇ ਇਹਦੇ ਠੀਕ ਆ SMS ਨਾਲ ਆ ਜੀ ਇਹਦੇ SMS ਨਾਲ ਹੈਗਾ ਹਾਂ ਠੀਕ ਆ ਤੇ ਸਾਫ਼ ਸੁਥਰੀ ਮਸ਼ੀਨ ਹੈਗੀ ਠੀਕ ਆ ਓਰਿਜਨਲ ਰੰਗ ਦੀ ਆ ਸਾਰੀ ਇਹ ਆਪਾਂ ਵੇਚਣੀ ਆ ਹਾਂ ਇਹ ਆਪਣੀ ਸੇਲ ਖਾਤਰ ਹੈ ਜੀ ਠੀਕ ਆ ਹਾਂ ਠੀਕ ਆ ਤੁਹਾਨੂੰ ਦਿਖਾ ਦੀ ਸਾਰੀ ਮਸ਼ੀਨ ਹਨਾ ਤੇ ਕਾਟਰ ਵਾਲੇ ਦਾ ਬਾਹਰ ਖੜਾ ਜੀ ਇਹਨੂੰ ਹਲੇ ਹੁਣੇ ਲੈ ਕੇ ਆਇਆਂਗੇ ਹੋ ਗਿਆ ਘੰਟਾ ਕਾ ਠੀਕ ਆ ਹਾਂਜੀ ਤੇ ਆਹ ਵਿਸ਼ਾਲ ਦਾ ਆ ਗਿਆ ਕਟਰ ਇਹ ਵਿਸ਼ਾਲ ਦਾ ਜੀ ਕਟਰ ਇਹ ਕਿਹੜਾ ਮਾਡਲ ਸੀਗਾ ਇਹ ਵਿਸ਼ਾਲ ਹੈਗੀ ਆ ਜੀ ਆਪਣੀ 2019 ਮਾਡਲ ਇਹ ਵੀ 19 ਮਾਡਲ ਹੀ ਆ ਹਾਂਜੀ ਆ ਜੋ ਤੁਹਾਨੂੰ ਦਿਖਾਉਣੇ ਮਗਰ ਮਸ਼ੀਨਾਂ ਖੜੀਆਂ ਇਹ ਸੈੱਡ ਫਿਰ ਐਕਟੀ ਬਣਾਇਆ ਇਹ ਹਾਂਜੀ ਇਹ ਆਪਾਂ ਬਸ ਹੁਣ ਹੀ ਬਣਾਇਆ ਵੀਰੇ ਇਹਨੂੰ ਹੋ ਗਏ ਜੀ 2-3 ਮਹੀਨੇ ਠੀਕ ਆ ਹਾਂ ਇਹਦਾ ਬਸ ਐ ਮੰਨ ਲਓ ਵੀ ਹੁਣ ਰਿਪੇਅਰਾਂ ਕਰਕੇ ਫਰਸ਼ ਨਹੀਂ ਆਪਾਂ ਹਲੇ ਫਿਲਹਾਲ ਇਹਦੇ ਚ ਲਾਇਆ ਠੀਕ ਆ ਵੀ ਰਿਪੇਅਰਾਂ ਦਾ ਕੰਮ ਸਟਾਰਟ ਹੋ ਗਿਆ ਸੀਗਾ ਠੀਕ ਹੈ ਜੀ ਉੱਧਰ ਫਿਰ ਆਪਣਾ ਰਿਪੇਅਰਾਂ ਦਾ ਕੰਮ ਲੇਟ ਹੁੰਦਾ ਸੀਗਾ ਠੀਕ ਹੈ ਜੀ ਹਾਂ ਤੇ ਇਹ ਖੜੀ ਹੈ ਆਪਣੀ KS ਇਹ KS ਆ ਜੀ 21 ਮਾਡਲ 2021 ਮਾਡਲ ਠੀਕ ਹੈ ਇਹਦਾ ਕੈਮਾ ਸੀਜ਼ਨ ਆ ਤੇਰੇ ਕੋਲੇ ਇਹ ਆਪਣੇ ਕੋਲੇ ਜੀ ਦੂਜਾ ਸੀਜ਼ਨ ਆ ਇਹਦਾ ਇਹ ਆਪਾਂ ਝੋਨੇ ਵਾਲੇ ਸੀਜ਼ਨ ਚ ਚਲਾਈ ਹੈ ਝੋਨੇ ਚ ਲਿਆਂਦੀ ਸੀਗੀ ਹਾਂ ਝੋਨੇ ਚ ਲਿਆਂਦੀ ਸੀ ਇਹ ਠੀਕ ਆ ਇਹ ਵੀ ਮੰਨ ਕੇ ਚਲੋ ਵੀ ਆਪਾਂ ਇਹਦੇ ਨਾਲ ਕਣਕ ਵਾਲਾ ਸੀਜ਼ਨ ਲਾ ਕੇ ਇਹ ਵੀ ਸੇਲ ਕਰ ਦਿਆਂਗੇ ਠੀਕ ਆ ਹਾਂ ਤੇ ਹਰਦੀਪ ਤੇਰਾ ਕਿਹੜੀ ਕਿਹੜੀ ਕੰਪਨੀਆਂ ਨਾਲ ਕੰਟੈਕਟ ਆ ਜਿਹੜੀਆਂ ਕੰਟੈਕਟ ਆਪਣਾ ਜੀ ਨਾਭੇ ਚ ਮੰਨ ਲਓ ਤਕਰੀਬਨ ਸਾਰੀਆਂ ਕੰਪਨੀਆਂ ਨਾਲ ਹੀ ਆਪਣਾ ਵਧੀਆ ਕੰਟੈਕਟ ਆਗਾ ਠੀਕ ਆ ਇਸ ਵਾਰ ਆਪਾਂ ਗੁਰਦਿਆਲ ਦੀਆਂ ਮਸ਼ੀਨਾਂ ਲਈਆਂ ਨੇ ਜੀ ਠੀਕ ਆ ਜੱਸੀ ਤੋਂ ਵੀ ਮਸ਼ੀਨਾਂ ਲਈਆਂ ਨੇ ਠੀਕ ਉਹਨਾਂ ਚੋਂ ਆਪਣੀਆਂ ਕੁਝ ਮਸ਼ੀਨ ਆਪਾਂ ਸੇਲ ਕਰਤੀਆਂ ਤੇ 2-3 ਮਸ਼ੀਨ ਆਪਾਂ ਹਲੇ ਲੈ ਕੇ ਆਉਣੀਆਂ ਨੇ ਠੀਕ ਆ ਉਹਨਾਂ ਚੋਂ ਵੀ ਆਪਾਂ ਸੇਲ ਕਰ ਦਿਆਂਗੇ ਸੇਲ ਹੀ ਕਰਨੀਆਂ ਨੇ ਸੇਲ ਕਰਨ ਵਾਸਤੇ ਨੇ ਠੀਕ ਆ ਹਾਂਜੀ ਜਿਵੇਂ ਕਰਤਾਰ ਕੰਪਨੀ ਦੀ ਮਸ਼ੀਨ ਹੈਗੀ ਹਾਂਜੀ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਆ ਹਨਾ ਇਹਦਾ ਰੇਟ ਜੀ ਹੁਣ ਲਗਭਗ 27.5 ਲੱਖ ਦੇ ਆਸ ਪਾਸ ਹੈਗਾ ਠੀਕ ਆ BS4 ਚ BS4 ਇਹ 3 ਚ ਤਾਂ ਆਪਾਂ ਨੂੰ ਮਿਲਦੀ ਨਹੀਂ ਹੈਗੀ ਹੁਣ ਇਹ BS4 ਵਾਲੀ ਮਸ਼ੀਨ ਚਲਾ ਕੇ ਦੇਖੀਏ ਤਾਂ ਨਹੀਂ ਇਹ ਆਪਾਂ ਚਲਾਈ ਠੀਕ ਆ ਵੈਸੇ ਹੁਣ ਸੁਣਨਾ ਚਾਹ ਰਿਹਾ ਵੀ ਵਧੀਆ ਥੋੜੀ ਜਿਹੀ ਨੌਲੇਜ ਹੋਣੀ ਚਾਹੀਦੀ ਆ ਪ੍ਰੋਪਰ ਠੀਕ ਆ ਵੀ ਚੱਲਣ ਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਵਧੀਆ ਚੱਲਦੀਆਂ ਨੇ BS4 ਚ ਵੀ ਜਿਨ੍ਹਾਂ ਨੇ ਆਪਣੇ ਭਰਾਵਾਂ ਨੇ ਲਈਆਂ ਨੇ ਬਹੁਤ ਵਧੀਆ ਚੱਲ ਰਹੀਆਂ ਨੇ ਜਾਨੀ ਇੱਕ ਉਹ ਯੂਰੀਏ ਦਾ ਪਾਤਾ ਸਿਸਟਮ ਯੂਰੀਏ ਵਾਲਾ ਸਿਸਟਮ ਉਹਦੇ ਚ ਹੈਗਾ ਜੀ ਠੀਕ ਆ ਉਹਦੀ ਥੋੜੀ ਜਿਹੀ ਜ਼ਿਆਦਾ ਮੰਨ ਲਓ ਆਪਾਂ ਨੂੰ ਕੇਅਰ ਕਰਨੀ ਪੈਂਦੀ ਆ ਯੂਰੀਏ ਬਾਰੇ ਠੀਕ ਆ ਵੀ ਉਹਦਾ ਜਿੱਦਾਂ ਆਪਾਂ ਨੂੰ ਵੀ ਯੂਰੀਆ ਉਹਦੇ ਚੋਂ ਮੁੱਕਣਾ ਨਹੀਂ ਚਾਹੀਦਾ ਠੀਕ ਆ ਜਦੋਂ ਯੂਰੀਆ ਕਈ ਵਾਰੀ ਉਹਦੇ ਚੋਂ ਮੁੱਕ ਜਾਂਦਾ ਫਿਰ ਉਹ ਮੰਨ ਲਓ ਪਿਕਅਪ ਨਹੀਂ ਦਿੰਦੀ ਮਸ਼ੀਨ ਉਹ ਗੱਲ ਬਣਦੀ ਨਹੀਂ ਹਾਂ ਫਿਰ ਉਹ ਆਪਦੇ ਆਪ ਚੱਕਰ ਘਟਾ ਜਾਂਦੀ ਹੈਗੀ ਠੀਕ ਆ
ਜਿਵੇਂ ਹੁਣ ਇਹ ਕੇਐਸ ਖੜੀ ਆ, ਇਹ ਜੇ ਕੋਈ ਗਾਹਕ ਆ ਜੇ ਵੇਚ ਵੀ ਦੇਵੇਗਾ ਕਿ ਰੱਖੇਗਾ? ਨਹੀਂ, ਇਹ ਫਿਲਹਾਲ ਇਹਦੇ ਨਾਲ ਆਪਾਂ ਸੀਜ਼ਨ ਲਾਵਾਂਗੇ ਕਣਕ ਵਾਲਾ। ਹੁਣ ਜਿਹੜੀਆਂ ਤਕਰੀਬਨ ਇਕੱਲੀ ਹਿੰਦ ਤੋਂ ਬਗੈਰ ਮਸ਼ੀਨਾਂ ਹਿੰਦ ਤੋਂ ਬਗੈਰ ਆਪਣੇ ਕੋਲ ਜਿਹੜੀਆਂ ਮਸ਼ੀਨਾਂ ਇੱਥੇ ਖੜੀਆਂ ਨੇ ਫਿਲਹਾਲ, ਇਹ ਸਾਰੀਆਂ ਆਪਾਂ ਚਲਾਉਣ ਵਾਸਤੇ, ਇਹ ਚਲਾਉਣ ਵਾਸਤੇ ਠੀਕ ਆ। ਜਿਹੜੀਆਂ ਨਵੀਆਂ ਗੁਰਦਿਆਲ ਆਉਣੀਆਂ ਨੇ ਉਹ ਆਪਾਂ ਸੇਲ ਕਰਨੀਆਂ ਨੇ ਠੀਕ ਆ। ਘੱਟੋ ਘੱਟ ਮੰਨ ਲਓ ਵੀ ਛੇ ਸੱਤ ਮਸ਼ੀਨਾਂ ਠੀਕ ਆ, ਪੁਰਾਣੀਆਂ ਸੈਕਿੰਡ ਹੈਂਡ ਸੇਲ ਕੀਤੀਆਂ ਨੇ ਠੀਕ ਆ, ਤੇ ਨਵੀਆਂ ਮਸ਼ੀਨਾਂ ਆਪਾਂ ਮੰਨ ਕੇ ਚਲੋ ਵੀ 3 ਕੁ ਸੇਲ ਕੀਤੀਆਂ ਨੇ ਠੀਕ ਆ, 4-5 ਮਸ਼ੀਨਾਂ ਹੋਰ ਸੇਲ ਕਰ ਦਿਆਂਗੇ ਹਾਂ ਜੀ ਠੀਕ ਆ। ਦੱਸੀ ਕਹਿੰਦੇ ਨੇ ਵੀ ਕੰਪਨੀਆਂ ਨਾਭੇ 'ਚ ਤਾਂ ਬਹੁਤ ਭੀੜ ਹੋਈ ਪਈ ਹੈਗੀ ਕੰਮ ਦੀ, ਵੀ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਮੰਨ ਕੇ ਚਲੋ ਵੀ ਅਸੀਂ ਦੂਜੇ ਤੀਜੇ ਦਿਨ ਮੰਨ ਲਓ ਨਾਭੇ ਜਾਂਦੇ ਹਾਂਗੇ ਆਪਣੀਆਂ ਮਸ਼ੀਨਾਂ ਕਰਕੇ, ਬੁਕਿੰਗ ਕਰਕੇ ਠੀਕ ਆ, ਜਾਂ ਕਈ ਵਾਰੀ ਨਾ ਕੰਬਾਈਨਾਂ ਕੱਟਣ ਦੀ ਵੀ ਮੰਨ ਕੇ ਚਲੋ ਵੀ ਨਾਭੇ 'ਚ ਜਿੰਨੀਆਂ ਆਪਣੀਆਂ ਫਰਮਾਂ ਨੇਗੀਆਂ ਠੀਕ ਆ, ਆਪਣੇ ਸਾਰੇ ਭਰਾਵਾਂ ਨਾਲ ਆਪਣਾ ਵਧੀਆ ਮੰਨ ਲਓ ਪਿਆਰ ਹੈਗਾ ਠੀਕ ਆ, ਕਈ ਵਾਰੀ ਉੱਥੇ ਕੋਈ ਕੰਬਾਈਨਾਂ ਕੱਟਦੇ ਨੇ ਤਾਂ ਉਹ ਆਪਾਂ ਨੂੰ ਬੁਲਾ ਲੈਂਦੇ ਨੇਗੇ ਠੀਕ ਆ, ਵੀ ਸੇਲ ਕਰਨ ਵਾਸਤੇ ਉਹ ਤੁਸੀਂ ਲੈ ਜਾਓ, ਹਾਂ ਫਿਰ ਉਹ ਆਪਾਂ ਲੈ ਲਈ ਦੀਆਂ ਨੇ ਠੀਕ ਆ। ਕਈ ਵਾਰੀ ਆਪਣੇ ਚਲੋ ਜ਼ਿਮੀਦਾਰ ਭਰਾਵਾਂ ਕੋਲ ਪੁਰਾਣੀਆਂ ਮਸ਼ੀਨਾਂ ਹੁੰਦੀਆਂ ਨੇ ਠੀਕ ਆ, ਉਹ ਵੀ ਆਪਾਂ ਮੰਨ ਕੇ ਚਲੋ ਵੀ ਉਹਨਾਂ ਦੀ ਪੁਰਾਣੀ ਮਸ਼ੀਨ ਵਿੱਚ ਕੱਟ ਲਈ ਦੀ ਹੈ ਠੀਕ ਆ। ਉਹਨਾਂ ਨੂੰ ਮਸ਼ੀਨ ਮੰਨ ਲਓ ਜੇ ਕੋਈ ਨਵੀਂ ਮਸ਼ੀਨ ਲੈਣੀ ਚਾਹੁੰਦਾ ਠੀਕ ਆ, ਤਾਂ ਆਪਾਂ ਉਹਨੂੰ ਨਵੀਂ ਮਸ਼ੀਨ ਵੀ ਦੇ ਦਿੰਦੇ ਹਾਂ। ਇੱਕ ਹਰਦੀਪ ਹੋਰ ਗੱਲ ਦੱਸੀ, ਜਿਵੇਂ ਹੁਣ ਜੱਸੀ ਮਸ਼ੀਨ ਆ, ਇਹ ਕਈਆਂ ਮਿੱਤਰਾਂ ਦੇ ਆਪਣਿਆਂ ਦੇ ਸਵਾਲ ਸੀਗੇ ਹਾਂਜੀ, ਵਿੱਚ ਤਾਂ ਕਹਿੰਦੇ ਵੀ ਜੱਸੀ ਤੇ ਲੋਨ ਹੁੰਦਾ ਨਹੀਂ, ਵਿੱਚ ਕਹਿੰਦੇ ਹੁੰਦਾ ਗਾ, ਇਹ ਲੋਨ ਹੋ ਜਾਂਦਾ ਜੱਸੀ ਤੇ? ਹਾਂਜੀ ਹਾਂਜੀ, ਇਹਦੇ ਤੇ 90% ਲੋਨ ਦੀ ਸੁਵਿਧਾ ਹੈਗੀ ਆ ਠੀਕ ਆ, ਜੇ ਆਪਾਂ ਮੰਨ ਕੇ ਚਲੋ ਵੀ ਸਰਕਾਰੀ ਲੋਨ ਕਰਾਉਣਾ ਠੀਕ ਆ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਠੀਕ, ਇਹ ਆਪਾਂ ਮੰਨ ਕੇ ਚਲੋ ਵੀ ਇਹਦੇ ਤੇ 17-18 ਲੱਖ ਤੱਕ, 20 ਲੱਖ ਤੱਕ ਵੀ ਲੋਨ ਹੋ ਜਾਂਦਾ ਠੀਕ ਆ, ਕੋਈ ਇਹੋ ਜਿਹੀ ਗੱਲ ਨਹੀਂ। ਜੇ ਕੋਈ ਭਰਾ ਆਪਣਾ ਲੈਣੀ ਚਾਹੁੰਦਾ ਮਸ਼ੀਨ ਠੀਕ ਆ, ਤਾਂ ਉਹ ਆਪਣੇ ਨਾਲ ਸੰਪਰਕ ਕਰੇ ਠੀਕ, ਆਪਾਂ ਉਹਦਾ ਲੋਨ ਕਰਵਾ ਕੇ ਦੇ ਦਿਆਂਗੇ ਠੀਕ ਆ, ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ। ਇਹ ਕਰਤਾਰ ਆਪਣੀ ਇਹ ਨਵੀਂ ਕਢਾਈ ਵੀ ਹੈ ਵੀ? ਇਹ ਕਰਤਾਰ 2022 ਮਾਡਲ ਆ ਜੀ, ਇਹ ਵੀ ਆਪਣੀ ਨਵੀਂ ਕਢਵਾਈ ਵੀ ਹੈ ਠੀਕ ਆ। ਇਹ ਤਾਂ ਜਾਨੀ ਫਿਰ ਘਰ ਵਾਸਤੇ ਪੱਕੀ, ਦੋ ਮਸ਼ੀਨਾਂ ਆਪਣੀਆਂ ਮੰਨ ਕੇ ਚਲੋ ਵੀ ਪੱਕੀਆਂ ਰੱਖੀਆਂ ਜੀ ਇੱਕ ਇਹ। ਅੱਛਾ, ਇਹ ਦਸ਼ਮੇਸ਼ ਤੇ ਇਹ ਕਰਤਾਰ, ਇਹ ਤਾਂ ਪੱਕੀਆਂ ਪਰਮਾਨੈਂਟ ਆਪਣੀ ਰੱਖੀਆਂ ਨੇ? ਇਹ ਪੱਕੀਆਂ ਅਸੀਂ ਤਾਂ ਰੱਖੀਆਂ ਨੇ ਜੀ, ਵੀ ਆਪਾਂ ਨਾ ਮਸ਼ੀਨਾਂ ਚਲਾਉਂਦੇ ਆ ਗੁਰਦਾਸਪੁਰ ਤੇ ਤਰਨਤਾਰਨ ਠੀਕ ਆ, ਪੱਟੀ 'ਚ ਠੀਕ ਆ, ਕਿਉਂਕਿ ਤੁਹਾਡਾ ਵੀ ਉਹ ਪੁਰਾਣਾ ਮੰਨ ਕੇ ਚਲੋ ਵੀ ਉਹਨਾਂ ਨਾਲ ਪਿਆਰ ਰਿਹਾ ਹੈਗਾ, ਮੇਰੇ ਏਰੀਆ 'ਚ ਚਲਾ ਰਿਹਾ, ਮੇਰੇ ਏਰੀਆ 'ਚ ਆਪਾਂ ਚਲਾ ਰਹੇ ਹਾਂ ਠੀਕ ਆ, ਕਿਉਂਕਿ ਯਾਰ ਰਘਵੀਰ ਤੁਹਾਡੇ ਨਾਲ ਰਿਹਾ ਪਹਿਲਾਂ, ਜਦੋਂ ਤੁਸੀਂ ਆਪਣੀ ਮਸ਼ੀਨ ਮੰਨ ਲਓ ਸੇਲ ਕਰਤੀ ਦੀ ਕੰਮ ਛੱਡਤਾ ਸੀਗਾ ਹਾਂਜੀ ਹਾਂ, ਉਸ ਤੋਂ ਬਾਅਦ ਚਲੋ ਰਘਵੀਰ ਆਪਣੀਆਂ ਮਸ਼ੀਨਾਂ ਲੈ ਕੇ ਜਾ ਤੁਸੀਂ ਚਲਾ ਰਹੇ ਹੋ ਉੱਥੇ ਹਾਂ, ਕਿਵੇਂ ਨੇ ਕੁਲਵੀਰ ਹੋਣੀਆਂ? ਵਧੀਆ ਬੰਦੇ ਨੇ, ਬਹੁਤ ਨਾਈਸ ਬੰਦੇ ਨੇਗੇ ਠੀਕ ਆ, ਆਪਣੀ ਵਧੀਆ ਰਿਸਪੈਕਟ ਕਰਦੇ ਨੇ, ਆਪਾਂ ਵੀ ਉਹਨਾਂ ਦੀ ਵਧੀਆ ਰਿਸਪੈਕਟ ਕਰਦੇ ਹਾਂ ਠੀਕ ਆ, ਬਹੁਤ ਵਧੀਆ ਏਰੀਆ ਗਾ, ਸਾਰੇ ਲੋਕਾਂ ਨਾਲ ਆਪਣਾ ਵਧੀਆ ਮੰਨ ਲਓ ਰਘਵੀਰ ਦਾ ਪਿਆਰ ਆ ਉੱਥੇ ਹਾਂ, ਇਹ ਤਾਂ ਗੱਲ ਹੈਗੀ ਆ, ਕਿਉਂਕਿ ਅੱਜ ਕੱਲ ਜੋ ਵੀ ਕੰਮ ਚੱਲਦਾ ਇੱਕ ਜਿਵੇਂ ਆਪਾਂ ਕਹਿ ਦਈਏ ਵੀ ਜ਼ੁਬਾਨ ਨਾਲ ਜਾਂ ਕੋਈ ਬੰਦੇ ਹਨਾ ਵਧੀਆ ਚੰਗੇ ਬੰਦੇ ਆ ਉਹਨਾਂ ਦੇ ਨਾਲ ਕੰਮ ਚੱਲ ਤਾਂ ਹੈਗੀ ਆ ਹਰਦੀਪ, ਉੱਥੇ ਜਾ ਕੇ ਚੂਸ ਲੈੜ ਪਿੰਡ ਆਇਆ ਤਾਂ ਨਹੀਂ ਲੱਗਦਾ ਹੈਗਾ ਵੀ ਯਾਰ ਮੈਂ ਪਿੰਡ ਨੂੰ ਭਾਜਾ, ਜੀ ਲੱਗਿਆ ਰਹਿੰਦਾ ਉੱਥੇ ਹਨਾ ਵਧੀਆ। ਹਾਂ ਜੀ ਹਾਂ ਠੀਕ ਆ, ਤਕਰੀਬਨ ਮੈਂ ਵੀ 20-22 ਸਾਲ ਜਾਂਦਾ ਰਿਹਾ ਗਾ, ਚਲੋ ਹੁਣ ਆਪਾਂ ਸਾਡਾ ਆਪਾਂ ਗੱਲ ਕਰਦੇ ਸੀਗੇ ਮਸ਼ੀਨਾਂ ਬਾਰੇ ਦੋਨਾਂ ਬਾਰੇ ਠੀਕ ਆ, ਉਹ ਸਾਨੂੰ ਤਾਂ ਮੰਨ ਕੇ ਚਲੋ ਵੀ ਇਹ ਮਸ਼ੀਨਾਂ ਦੋਨੇ ਤਾਂ ਪੱਕੀਆਂ ਰੱਖੀਆਂ ਨੇ ਠੀਕ ਆ, ਵੀ ਕਈ ਵਾਰੀ ਝੋਨੇ ਦੇ ਸੀਜ਼ਨ 'ਚ ਉੱਥੇ ਨਾ ਮਸ਼ੀਨਾਂ ਆਪਣੇ ਨੂੰ ਪਹਿਲਾਂ ਚੱਲਦੀਆਂ ਚੱਲ ਪੈਂਦੀਆਂ 15 ਕੁ ਦਿਨ ਹਾਂ, ਇਹਦੇ ਕਰਕੇ ਅਸੀਂ ਇਹ ਦੋ ਮਸ਼ੀਨਾਂ ਤਾਂ ਪ੍ਰੋਪਰ ਰੱਖੀਆਂ ਨੇ ਵੀ ਇਹ ਜਦੋਂ ਵੀ ਅਸੀਂ ਇਹਨਾਂ ਦੀ ਮੰਨ ਲਓ ਸੀਜ਼ਨ ਹੋਣ ਤੋਂ ਲੱਗਣ ਤੋਂ ਬਾਅਦ ਠੀਕ ਆ ਇਹਨਾਂ ਦੀ ਅਸੀਂ ਰਿਪੇਅਰ ਕਰ ਦਿੰਦੇ ਹਾਂ ਠੀਕ ਆ, ਵੀ ਫਿਰ ਸਾਨੂੰ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਸਾਡਾ ਸੇਲ ਦਾ ਕੰਮ ਕਰਕੇ ਜੇ ਹੁਣ ਅਸੀਂ ਸਾਰੀਆਂ ਮਸ਼ੀਨਾਂ ਸੇਲ ਨੂੰ ਮੰਨ ਲਓ ਵਰਤ ਦੇਵਾਂਗੇ ਫਿਰ ਤਾਂ ਔਖਾ ਹੋ ਜਾਂਦਾ, ਫਿਰ ਸਾਨੂੰ ਉੱਥੇ ਝੋਨੇ 'ਚ ਕਈ ਵਾਰੀ ਇਹ ਦਿੱਕਤ ਆਉਣ ਲੱਗ ਜਾਂਦੀ ਹੈ ਵੀ ਜਿਹੜੀ ਮਸ਼ੀਨ ਆਪਣੀ ਚਲਾਈ ਹੁੰਦੀ ਹੈ ਠੀਕ ਆ ਉਹਦੇ ਬਾਰੇ ਆਪਾਂ ਨੂੰ ਨੌਲੇਜ ਹੁੰਦੀ ਹੈਗੀ ਵੀ ਇਹਦੇ 'ਚ ਕੀ ਕਮੀ ਹੈ ਜਾਂ ਸੀਜ਼ਨ ਤੋਂ ਬਾਅਦ ਇਹਦੇ 'ਚ ਕੀ ਕਰਨਾ ਹੈ, ਉਹਦੇ ਕਰਕੇ ਇਹ ਸਾਨੂੰ ਦੋ ਮਸ਼ੀਨਾਂ ਅਸੀਂ ਪੱਕੀਆਂ ਰੱਖੀਆਂ ਨੇ ਠੀਕ ਆ, ਬਾਕੀ ਮਸ਼ੀਨਾਂ ਸਾਡੇ ਕੋਲ ਸੇਲ ਵਾਸਤੇ ਨੇ ਹਾਂਜੀ, ਜਿਹੜੀਆਂ ਹੁਣ ਆਪਣੀਆਂ ਨਵੀਆਂ ਆਉਣੀਆਂ ਨੇ ਉਹ ਆਪਾਂ ਸੇਲ ਹੀ ਕਰਨੀਆਂ ਨੇ, ਉਹ ਆਪਾਂ ਸੇਲ ਕਰਨੀਆਂ ਨੇ ਜੀ ਠੀਕ, ਅਦਰਵਾਈਜ਼ ਉਹਨਾਂ 'ਚੋਂ ਕੋਈ ਮਸ਼ੀਨ ਰਹਿੰਦੀ ਹੈ ਠੀਕ ਆ ਤਾਂ ਉਹ ਆਪਾਂ ਚਲਾਵਾਂਗੇ। ਇੱਕ ਹਰਦੀਪ ਸਿੰਘ ਨੰਬਰ ਦੱਸ ਦਈਏ ਆਪਣਾ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ, ਜਿਹੜਾ ਵਟਸਐਪ ਨੰਬਰ ਹੈ ਉਹ ਹੈਗਾ ਜੀ 88-728-31-168। ਜੇ ਕਿਸੇ ਭਰਾ ਨੇ ਆਪਣੇ ਨੇ ਕੋਈ ਮਸ਼ੀਨ ਲੈਣੀ ਆ ਜਾਂ ਕੋਈ ਪੁਰਾਣੀ ਵਿੱਚ ਕਟਾ ਕੇ ਨਵੀਂ ਲੈਣੀ ਆ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ। ਤੇ ਇਹ ਆ ਵਿਸ਼ਾਲ, ਫਿਰ ਇਹ ਵੀ ਪਹਿਲੀ ਵਾਰੀ? ਵਿਸ਼ਾਲ ਜੀ ਆਪਾਂ ਫਸਟ ਟਾਈਮ ਲਈ ਹੈਗੀ ਠੀਕ ਆ, ਪਹਿਲਾਂ ਆਪਾਂ ਦੇਖੋ ਨਾਭੇ ਦੀਆਂ ਸਾਰੀਆਂ ਮਸ਼ੀਨਾਂ ਚਲਾਈਆਂ ਨੇ ਠੀਕ ਆ, ਆਪਾਂ
ਨਵੀਆਂ ਮਸ਼ੀਨਾਂ ਚਲਾਉਂਦੇ ਆਗੇ ਸੀਜ਼ਨਾਂ ਚ, ਕਈ ਵਾਰੀ ਚਲੋ ਕੋਈ ਪੁਰਾਣੀ ਮਸ਼ੀਨ ਆਪਣੇ ਕੋਲ ਰਹਿ ਜਾਂਦੀ, ਆਪਾਂ ਪੁਰਾਣੀਆਂ ਵੀ ਚਲਾਉਂਦੇ ਆ। ਠੀਕ ਆ, ਵੀ ਮੈਂ ਨਾਭੇ ਦੀਆਂ ਤਕਰੀਬਨ ਮਸ਼ੀਨਾਂ ਚਲਾ ਲਈਆਂ। ਠੀਕ ਆ, ਵੀ ਵਿਸ਼ਾਲ ਆਪਾਂ ਫਸਟ ਟਾਈਮ ਲਈ ਆ। ਠੀਕ ਆ, ਉਹ ਵੀ ਜਿੱਦਾਂ ਆਪਣੇ ਭਰਾਵਾਂ ਦਾ ਮੰਨ ਲਓ ਹੁੰਦਾ ਹੈ ਨਾ, ਵੀ ਚੱਲ ਚਲਾ ਕੇ ਵਿਸ਼ਾਲ ਸਾਰਿਆਂ ਨੂੰ ਵਧੀਆ ਚੱਲਦੀ ਆ ਜੀ। ਠੀਕ ਆ, ਵੀ ਚਲੋ ਆਪਣੇ ਵੀ ਮਨ ਚ ਆਇਆ ਵੀ ਆਪਾਂ ਇਸ ਵਾਰ ਵਿਸ਼ਾਲ ਨੂੰ ਚਲਾਈਏ। ਠੀਕ ਆ, ਇਹ 2019 ਮਾਡਲ ਆ ਜੀ ਵਿਸ਼ਾਲ। ਠੀਕ ਆ, ਇਹ ਜਿਹੜੀ ਕਣਕ ਦਾ ਸੀਜ਼ਨ ਲਾ ਕੇ ਤਾਂ ਆਪਾਂ ਸੇਲ ਕਰ ਸਕਦੇ, ਇਹਨੂੰ ਆਪਾਂ ਕਣਕ ਦਾ ਸੀਜ਼ਨ ਲਾ ਕੇ ਸੇਲ ਕਰ ਦਿਆਂਗੇ ਜੀ। ਠੀਕ ਆ, ਹੁਣ ਵੀ ਆਪਣੇ ਕੋਲੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀਗੇ ਵੀ ਵਿਸ਼ਾਲ ਵਾਸਤੇ। ਠੀਕ ਆ, ਪਰ ਆਪਾਂ ਉਹਨਾਂ ਨੂੰ ਮਨਾ ਕਰਤਾ ਜੀ ਵੀ ਆਪਾਂ ਵਿਸ਼ਾਲ ਆਪਣਾ ਫੋਰਮੈਨ ਤੁਹਾਨੂੰ ਕੰਡੀਸ਼ਨ ਸਾਰੀ ਆਲੇ ਦੁਆਲੇ ਸਿਰਕੇ, ਤੇ ਭਰਾ ਬਾਕੀ ਆਪਣੇ ਜਿਹੜੇ ਹੋਰ ਮੁੰਡੇ ਡਰਾਈਵਰ ਨੇਗੇ, ਹਾਂਜੀ, ਉਹਨਾਂ ਦੀ ਵੀ ਚੋਇਸ ਸੀ ਵੀ ਆਪਾਂ ਵਿਸ਼ਾਲ ਚਲਾਈਏ, ਇੱਕ ਵਾਰ ਚਲਾ ਕੇ ਦੇਖੀਏ, ਇਹਨੂੰ ਚਲਾ ਕੇ ਦੇਖੀਏ ਜੀ। ਠੀਕ ਆ, ਆਹੋ ਚਲੋ ਮਸ਼ੀਨਾਂ ਤਾਂ ਮੈਂ ਵੀ ਬਹੁਤ ਚਲਾ ਕੇ ਦੇਖੀ ਨੇ, ਵਿਸ਼ਾਲ ਤਾਂ ਮੈਂ ਵੀ ਨਹੀਂ ਚਲਾ ਕੇ ਦੇਖੀ ਹੈਗੀ। ਹਾਂਜੀ ਹਾਂ, ਤੇ ਵੀ ਚਲੋ ਆਪਾਂ ਇਹਨੂੰ ਇਸ ਵਾਰ ਦੇਖਾਂਗੇ ਚਲਾ ਕੇ, ਚੱਲਣ ਨੂੰ ਬਹੁਤ ਵਧੀਆ ਹੈਗੀ। ਹਾਂਜੀ, ਇੱਕ ਵਾਰ ਆਪਣੇ ਰਘਵੀਰ ਫੋਰਮੈਨ ਨੇ ਪੰਗਾ ਲਿਆ ਸੀ, ਅਸੀਂ ਲਿਆਂਦੀ ਸੀ। ਇਸ ਵਾਰ ਆਪਾਂ ਦੋ ਵਿਸ਼ਾਲ ਲਈਆਂ ਨੇ ਜੀ। ਠੀਕ ਆ, ਇਹ 19 ਮਾਡਲ ਹੈ, ਇੱਕ 18 ਮਾਡਲ ਆਪਣੇ ਕੋਲੇ। ਠੀਕ ਆ, ਉਹ ਵਿਸ਼ਾਲ ਮੰਨ ਕੇ ਚਲੋ ਵੀ ਆਪਣੇ ਦੂਜੇ ਸਾਈਡ 'ਚ ਖੜੀ ਹੈਗੀ। ਲੋਕ ਜਣੀ ਦੀ ਪਸੰਦ, ਮੈਨੂੰ ਆਪਦੇ ਆਪ ਨੂੰ ਮਨ ਤੇ ਇਹ ਸੀਗਾ ਵੀ ਦਾਣੇ ਮਾਰਦੀ ਆ। ਹਾਂਜੀ ਹਾਂ, ਵੀ ਹੀਰਾ ਮੈਂ ਇਹਨੂੰ ਛੱਡ ਕੇ ਭੱਜਿਆ, ਮੈਂ ਕਿਹਾ ਮੈਂ ਕਾਰ 'ਚ ਬਹਿ ਗਿਆ ਕਿ ਮੈਂ ਕਿਹਾ ਮੈਂ ਤਾਂ ਲੈਣੀ ਨਹੀਂ ਹੈਗੀ। ਕਿਵੇਂ ਆ ਬੜੀ ਸਾਹਿਬ, ਹੋਰ ਠੀਕ ਠਾਕ ਹੋ, ਕਾਇਮ ਹੋ? ਤੈਨੂੰ ਕਿਹਾ ਖੜਕਾ ਕਰਨ ਨੂੰ ਹਟ ਜਾ 10 ਮਿੰਟ, ਖੜਕਾ ਮਾੜਾ ਮੋਟਾ ਕੰਮ ਚੱਲੀ ਜਾਂਦਾ। ਹਾਂ, ਹੋਰ ਸੁਣਾ, ਠੀਕ ਠਾਕ? ਹੁਣ ਤੂੰ ਦੱਸ ਸਾਨੂੰ ਕਿਹੜੀ ਮਸ਼ੀਨ ਸਭ ਤੋਂ ਵੱਧ ਵਧੀਆ ਚੱਲਦੀ ਆ? ਮਸ਼ੀਨਾਂ ਸਾਰੀਆਂ ਵਧੀਆ ਚੱਲਦੀਆਂ, ਮੈਂ ਬੰਦਾ ਹਾਂ ਵਧੀਆ ਚਾਹੀਦਾ, ਬੰਦਾ ਵਧੀਆ ਚਾਹੀਦਾ। ਕੀ ਰਾਤ ਤੇਰੇ ਸਾਹਮਣੇ ਆਪਾਂ ਕਿੰਨੀ ਵਧੀਆ ਚੱਲਦੀ ਸੀ, ਇਹ ਤਾਂ ਗੱਲ ਹੈਗੀ। ਮੈਂ ਝੋਨੇ 'ਚ ਘੱਟਾ ਫਲਾਨਾ ਕਰ, ਹਾਂ ਵਧੀਆ, ਠੀਕ ਆ, ਰਿਪੋਰਟ ਤਾਂ ਦੀ ਮਾੜੀ ਹੀਰਾ ਦੀ। ਠੀਕ, ਨਹੀਂ ਰਿਪੋਰਟ ਦਾ ਬਹੁਤ ਵਧੀਆ ਸੀ ਉਹਦੀ, ਤੇਰੀ ਖਰੀਦੀ ਵੀ ਸੀ ਨਾ, ਖਰੀਦੀ ਦੀ ਫਿਰ ਮਾੜੀ ਵੀ ਨਿਕਲੀ ਨਾ, ਕੋਈ ਮਾੜੀ ਨਿਕਲੀ। ਲੋਕ ਜਣੀ ਦੀ ਪਸੰਦ, ਮੈਨੂੰ ਆਪਦੇ ਆਪ ਨੂੰ ਮਨ ਤੇ ਇਹ ਸੀਗਾ ਵੀ ਦਾਣੇ ਮਾਰਦੀ ਆ। ਹਾਂਜੀ ਹਾਂ, ਵੀ ਹੀਰਾ ਮੈਂ ਇਹਨੂੰ ਛੱਡ ਕੇ ਭੱਜਿਆ, ਮੈਂ ਕਿਹਾ ਮੈਂ ਕਾਰ 'ਚ ਬਹਿ ਗਿਆ ਕਿ ਮੈਂ ਕਿਹਾ ਮੈਂ ਤਾਂ ਲੈਣੀ ਨਹੀਂ ਹੈਗੀ। ਨਹੀਂ, ਸਾਡੇ ਫੋਰਮੈਨ ਦੀ ਚੋਇਸ ਆ, ਹਾਂ, ਅਸੀਂ ਹੋ ਸਕਦਾ ਚਲੋ ਇਸ ਵਾਰ ਨਹੀਂ ਹੀਰਾ ਲਈ। ਠੀਕ ਆ, ਇਹਨੂੰ ਜਾਣੀ ਅਸੀਂ ਆਉਣ ਵਾਲੇ ਟਾਈਮ 'ਚ ਵੀ ਹੀਰਾ ਲੈ ਕੇ ਦੇਣੀ ਆ, ਇਹਨੂੰ ਲੈ ਕੇ ਦੇਵਾਂਗੇ। ਠੀਕ ਆ, ਹੀਰਾ ਦੀ ਵੀ ਚੱਟ ਦੇਖਾਂਗੇ ਅਸੀਂ, ਹੀਰਾ ਜਾਣੀ ਮੇਰੀ ਤਾਂ ਦੇਖੀ ਸਾਰੀ, ਅਸੀਂ ਮਸ਼ੀਨਾਂ ਚਲਾ ਲਈਆਂ ਦਿਖਾਵਾਂਗੇ। ਠੀਕ ਆ, ਮਾਡਲ 'ਚ ਚਲਾ ਲਈਆਂ। ਠੀਕ ਆ, ਪਰ ਸਾਡੀ ਚਲੋ ਆਪਦੀ ਵੀ ਚੋਇਸ ਆ ਵੀ ਇਹਨੂੰ 19-20 ਮਾਡਲ ਅਸੀਂ ਆਉਣ ਵਾਲੇ ਸੀਜ਼ਨ 'ਚ ਲੈ ਕੇ ਦੇਣੀ ਆ, ਮਾਡਲ ਅਸੀਂ ਚਲਾਵਾਂਗੇ। ਚਲੋ ਵਧੀਆ, ਲੈਣੀ ਅਸੀਂ ਇਸ ਵਾਰ ਵੀ ਸੀਗੀ। ਠੀਕ ਆ, ਇਸ ਵਾਰ ਚਲੋ ਕਹਿੰਦੇ ਹੁੰਦੇ ਨੇ ਵੀ ਨਹੀਂ ਮੁਕੱਦਰ 'ਚ ਹੁੰਦੀ ਹੈ ਨਾ ਗੱਲ, ਵੀ ਆਪਣੇ ਕੋਲ ਜੋ ਆਪਾਂ ਚਲਾਉਂਦੇ ਕਹਿੰਦੇ ਹੁੰਦੇ ਨੇ ਦਾਣਾ ਪਾਣੀ ਨਹੀਂ ਰਲਿਆ, ਨਹੀਂ ਰਲਿਆ, ਹਾਂ, ਜਿੰਨਾ ਚਿਰ ਨਹੀਂ ਉਹ ਹੋਣਾ। ਬਾਗੇ ਦੇ ਇੱਕ ਦਿਨ 14 ਮਾਡਲ ਲੈਣ ਅਸੀਂ, ਠੀਕ ਆ, ਥੋੜਾ ਜਿਹਾ ਫਰਕ ਰਹਿ ਗਿਆ ਸੌਦੇ ਦਾ, ਉਸ ਤੋਂ ਬਾਅਦ ਫਿਰ ਕੋਈ ਹਿਸਾਬ ਜਿਹਾ ਜਾਈ ਨਹੀਂ ਸਾਡੇ। ਠੀਕ ਆ, ਵਿਸ਼ਾਲ ਲੈ ਲਈ ਹੋਰ ਮਸ਼ੀਨਾਂ ਜਿਵੇਂ KS ਲੈ ਲਈ। ਠੀਕ ਆ, ਅੱਜ ਇੱਧਰ ਗਏ ਹਾਜ਼ਰੀ ਸੀ, ਕਿੱਧਰ ਸੀ ਅੱਜ? ਅੱਜ ਉੱਧਰ ਗੁਰੀ ਬੰਨੀ ਸੀ, ਮਸ਼ੀਨਾਂ ਖੋਲੀਆਂ ਮੈਨੇ ਆਪਣੀਆਂ, ਯਾਰੀਆਂ ਸਾਰੇ ਪਾਸੇ ਪਗਾਉਣਾ, ਸਾਰੇ ਪਾਸੇ ਨੇ ਆਪਾਂ ਜਵਾਬ ਕਿਸੇ ਨੂੰ, ਤੇਰੇ ਉੱਧਰ ਵੀ ਨਹੀਂ ਆਪਾਂ ਦਿੰਦੇ ਤੇ ਇੱਧਰ ਵੀ ਨਹੀਂ, ਤੇਰੇ ਨਾਲ ਹੁੰਦੇ ਸੀ। ਠੀਕ ਆ, ਸਭ ਨਾਲ ਜਾਈਦਾ, ਨਹੀਂ ਵਧੀਆ ਵਧੀਆ। ਜਿਵੇਂ ਕਹਿੰਦੇ ਨਾ ਵੀ ਜਦੋਂ ਬੰਦਾ ਕੋਈ ਚੰਗਾ ਹੁੰਦਾ, ਨੌਲੇਜ ਵਾਲਾ ਹੁੰਦਾ, ਇਹ ਸਾਡਾ ਫੋਰਮੈਨ ਐ ਮੰਨ ਲਓ ਵੀ ਜਦੋਂ ਦਾ ਇਹ ਸਾਡੇ ਨਾਲ ਜੁੜਿਆ ਗਾ, ਠੀਕ ਆ, ਸਾਡਾ ਵੀ ਕੰਮ ਚਲੋ ਦਿਨੋ ਦਿਨ ਵੱਧਦਾ ਜਾ ਰਿਹਾ ਗਾ। ਠੀਕ ਆ, ਬਾਕੀ ਬੰਦੇ ਨੂੰ ਪ੍ਰੋਪਰ ਨੌਲੇਜ ਹੈ, ਸਹੀ ਆ, ਇਹ ਜੀ ਸਾਨੂੰ ਕੋਈ ਅੱਜ ਤੱਕ ਦਿੱਕਤ ਨਹੀਂ ਆਉਂਦੀ, ਜੇ ਕੋਈ ਮਸ਼ੀਨ ਨੂੰ ਸਾਡੇ ਨੂੰ ਕੋਈ ਬ੍ਰੇਕਡਾਊਨ ਆਉਂਦੀ ਹੈ, ਠੀਕ ਆ, ਉਹਨੂੰ ਜਾਣੀ ਸਾਨੂੰ ਪਤਾ ਹੁੰਦਾ ਵੀ ਰਘਵੀਰ ਨੇ ਉਹ ਮਸਲਾ ਹੱਲ ਕਰ ਲੈਣਾ ਗਾ। ਕਈ ਵਾਰੀ ਕੋਈ ਸਾਡੀਆਂ ਨਵੀਆਂ ਮਸ਼ੀਨਾਂ ਦਿੱਤੀਆਂ ਹੁੰਦੀਆਂ ਨੇ, ਜੇ ਸਾਨੂੰ ਉੱਥੇ ਵੀ ਕਈ ਵਾਰੀ ਕੋਈ ਦਿੱਕਤ ਆਉਂਦੀ ਹੈ, ਹਾਂ, ਤਾਂ ਅਸੀਂ ਇਹਨੂੰ ਉੱਥੇ ਵੀ ਭੇਜ ਦਿੰਦੇ ਆਂਗੇ ਵੀ ਚਲੋ ਹਨਾ ਵੀ ਆਪਾਂ ਜਾ ਕੇ ਕਰਿਆ ਕੀਤੀਆਂ ਨੇ, ਇਹ ਤਾਂ ਗੱਲ ਹੈ, ਕੋਈ ਦਿੱਕਤ ਨਾ ਆਵੇ, ਤਾਂ ਇਹ ਹਰ ਇੱਕ ਤਰ੍ਹਾਂ ਦੀ ਉਹਦੇ ਗੱਲ ਇਹ ਆ ਨਾ ਵੀ ਇੱਕ ਕੋਈ ਬੰਦਾ ਹੁੰਦਾ ਗਾ ਮਸ਼ੀਨ ਲੈ ਕੇ ਤੁਰਨਾ, ਇੱਕ ਤਾਂ ਸਿੱਧੇ ਮਨ ਨਾਲ ਤੁਰਨਾ, ਇੱਕ ਰੋਂ 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 ਕਰਕੇ ਤੁਰਨਾ ਗਾ, ਉਹਦਾ ਫਰਕ ਹੁੰਦਾ। ਇਹਨੂੰ ਤਾਂ ਹੁਣ ਮੰਨ ਲਾ ਵੀ ਤੇਰੇ ਨੂੰ ਪਹਿਲਾਂ ਮੇਰੇ ਨਾਲ ਲਾਇਆ ਇਹ 15 ਸਾਲ, ਹਾਂ, ਜਿੱਥੇ ਤੋਰਤਾ ਉੱਥੇ ਇਹ ਚੀਜ਼ ਦੀ ਤਾਂ ਇਹਦੀ ਸਿਫਤ ਹੈਗੀ। ਇਹ ਆ ਵੀ ਜਿੱਥੇ ਜਾਂਦਾ ਵੀ ਅਗਲਾ ਯਾਦ ਵੀ ਕਰਦਾ, ਹਨਾ, ਹੁਣ ਇਹ ਚੂਸੜੇ ਵਾਲ ਜਾ ਰਿਹਾ ਹੈਗਾ, ਘੱਟੋ ਘੱਟ ਤੁਹਾਨੂੰ ਪਤਾ ਹੀ ਆ ਵੀ ਇਹਦਾ ਏਰੀਆ ਇਹਦਾ ਸੀਗਾ 25 ਸਾਲ, ਤੂੰ ਤਾਂ ਕਹਿਣਾ ਵੀ ਹਰਦੇਵ ਦਾ ਏਰੀਆ, ਪਰ ਮੇਰਾ ਏਰੀਆ ਨਹੀਂ ਸੀ, ਏਰੀਆ ਇਹਦਾ ਸੀਗਾ। ਉਹ ਚਲੋ ਤੁਹਾਡਾ ਦੋਨਾਂ ਦਾ 26 ਸਾਲ ਹੋ ਗਏ ਆਪਾਂ ਨੂੰ, 26ਵਾਂ ਸਾਲ ਆ ਜਾਂਦਾ 26ਵਾਂ ਸਾਲ, ਮੰਨ ਲਓ, ਠੀਕ ਆ, 25 ਸਾਲ ਪਿਛਲੀ ਵਾਰੀ ਪੂਰੇ ਹੋ ਗਏ, ਠੀਕ ਆ, ਪਿੰਡ ਜਾਂਦੇ ਨੇ ਆਪਣ ਚੂਸਲੇ ਵਾਲਾ, ਹਾਂ, ਵਧੀਆ ਬੰਦੇ ਵੀ ਵਧੀਆ ਨੇਗੇ, ਰਵੀਰ ਹੋ ਰਹੀ, ਰਾਜੇ ਹੋ ਰਹੀ, ਨਿੰਮੇ ਹੋ ਰਹੀ, ਸਾਰੇ ਪੂਰੇ ਇੱਕ ਨੰਬਰ ਦੇ, ਸਤਿਕਾਰ ਕਰਦੇ ਆਪਣਾ, ਇਹ ਤਾਂ ਗੱਲ ਹੈਗੀ ਆ, ਚਾਰੇ ਬਾਈ ਪੂਰੇ ਵਧੀਆ ਬੰਦੇ ਨੇ। ਹੋਰ ਸੁਣਾ ਕੋਈ, ਸਾਨੂੰ 10 ਮਸ਼ੀਨਾਂ ਬਾਰੇ ਨੌਲੇਜ ਕੁਛ, ਸਾਨੂੰ ਕੀ ਭੁੱਲਿਆ ਤੂੰ ਤਾਂ ਮੇਰੇ ਨਾਲ ਵੀ ਪੁਰਾਣਾ ਮਸ਼ੀਨਾਂ ਜਿਵੇਂ, ਹੁਣ ਤੂੰ ਸਾਨੂੰ ਤਾਂ ਦੱਸ, ਸਾਨੂੰ ਹੁਣ ਕੀ ਪਤਾ ਵੀ ਕੀ ਆ ਕਿ ਨਹੀਂ ਵੀ, ਹਾਂ, ਆਹ
हरदीप बगाने समझिए नहीं काम करते जिन्ना टाइम आपां आपदा घर दा परिवार दा मेंबर बनाउणे आंगे आपदा परिवार दा जी आ हणा ताईं ओह भज भज ओह काम करदे नेगे इह तां गल हैगी आ ना मशीन चलदिया हुण ए नहीं हुंदा वी मशीन चलनी नहीं वी इह पूरी जिम्मेवारी नाल हर इक काम नूं जिम्मेवारी नाल निभाउंदे ने ठीक आ हां जी ਕਿਵੇਂ ਰਾਜੂ ਫਿਰ ਵਧੀਆ ਤੂੰ ਕਿਹੜੀ ਤੇ ਜ਼ਿੰਮੇਵਾਰੀ ਆ ਤੇਰੀ ਮੇਰੇ ਕੋਲ ਤਾਂ ਨਵੀਂ ਆਉਣੀ ਹੈ ਨਵੀਂ ਆਉਣੀ ਆ ਗਰਦਿਆਲ ਦੇ ਦੀ ਜੋ ਵੀ ਮਾਰ ਲੈ ਠੀਕ ਆ ਇਹਨੂੰ ਨਵੀਂ ਗਰਦਿਆਲ ਚਲਾਉਣੀ ਆ ਜੀ ਠੀਕ ਆ ਇਹਨੂੰ ਚਲੋ ਜਿਵੇਂ ਕਹਿ ਦਈਏ ਵੀ ਉਦਾਂ ਸਾਡਾ ਐ ਹੁੰਦਾ ਵੀ ਜਿਹੜੀ ਆ ਦਸ਼ਮੇਸ਼ ਮਸ਼ੀਨ ਆ ਠੀਕ ਆ ਇਹਨੂੰ ਬਿਮਾਰ ਵਾਲਾ ਮੁੰਡਾ ਗਰਮੀਤ ਹੀ ਚਲਾਉਂਦਾ ਠੀਕ ਆ ਵੀ ਇਹ ਦੂਜੇ ਜਿਹੜੇ ਮੁੰਡੇ ਨੇ ਉਹ ਚਲੋ ਉਹਨਾਂ ਦੀ ਆਪਦੀ ਚੋਇਸ ਹੁੰਦੀ ਆ ਉਹ ਕਹਿੰਦੇ ਨੇ ਵੀਰੇ ਜਿਹੜੀ ਮਰਜ਼ੀ ਤੇ ਸਾਨੂੰ ਛੱਡ ਦੇ ਹਾਂ ਇਹਨੂੰ ਚਲੋ ਅਸੀਂ ਇਸ ਵਾਰ ਨਵੀਂ ਮਸ਼ੀਨ ਤੇ ਮੌਕਾ ਦੇ ਰਹੇਗੇ ਠੀਕ ਆ ਵੀ ਇਹਨੇ ਨਵੀਂ ਚਲਾਉਣੀ ਆ ਕਿਉਂਕਿ ਇਹ ਮੁੰਡਾ ਬਹੁਤ ਵਧੀਆ ਕੰਮ ਨੂੰ ਤਾਂ ਚਲੋ ਸਾਡੇ ਸਾਰੇ ਜਿੰਨੇ ਬੰਦੇ ਆਪਣੇ ਹੈਗੇ ਰੱਖੇ ਹੋਏ ਆ ਠੀਕ ਆ ਪੂਰੇ ਜ਼ਿੰਮੇਵਾਰੀ ਨਾਲ ਕਰਦੇ ਨੇ ਸਹੀ ਗੱਲ ਕੋਈ ਸਾਨੂੰ ਕੋਈ ਦਾਣਿਆਂ ਦੀ ਸ਼ਿਕਾਇਤ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਖੁੱਲੀ ਛੁੱਟੀ ਦਿੱਤੀ ਹੁੰਦੀ ਆ ਦੇਖੋ ਕਿਸੇ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਆਪਾਂ ਤੁਹਾਡੇ ਨਾਲ ਖੜੇ ਹਨਾ ਦਿਨ ਰਾਤ ਖੜੇ ਆਂਗੇ ਠੀਕ ਹੈ ਇਹੋ ਜਿਹੀ ਗੱਲ ਨਹੀਂ ਵੀ ਦੇਖੋ ਮਸ਼ੀਨਾਂ ਤੁਹਾਡੀਆਂ ਨੇ ਸਾਡੀਆਂ ਘੱਟ ਤੁਹਾਡੀਆਂ ਜ਼ਿਆਦਾ ਨੇ ਹਾਂ ਇਹਨਾਂ ਦੇ ਜਦੋਂ ਤੁਸੀਂ ਇਹਨਾਂ ਨੂੰ ਆਪਦੀ ਜ਼ਿੰਮੇਵਾਰੀ ਨਾਲ ਚਲਾਉਣੇ ਇਹਨਾਂ ਦੇ ਮਾਲਕ ਤੁਸੀਂ ਹੋਗੇ ਅਸੀਂ ਤਾਂ ਇੱਕ ਮੰਨ ਕੇ ਚਲੋ ਵੀ ਤੁਹਾਨੂੰ ਲੈ ਕੇ ਦੇਤੀਆਂ ਉਹ ਚਲਾਉਣੀਆਂ ਕਰਨੀਆਂ ਤਾਂ ਹਨਾ ਵੀ ਹੁਣ ਤੁਹਾਡੀ ਹਿੱਸਾ ਕੀ ਕਿਵੇਂ ਆ ਕੀ ਗੱਲਬਾਤ ਆ ਨਹੀਂ ਬਹੁਤ ਵਧੀਆ ਤੰਦੇ ਹੀ ਨਾ ਰਿਹਾ ਤਾਂ ਉਹ ਵੀ ਆਪਣੇ ਨਾਲ ਰਾਜੂ ਨੇ ਵੀ ਸੀਜ਼ਨ ਲਾਏ ਨੇ ਆਪਣੇ ਨਾਲ ਤੇ ਚਲੋ ਮੈਂ ਤਾਂ ਇਹ ਫੀਲਡ 'ਚ ਮੰਨ ਕੇ ਚਲੋ ਜੀ 10 ਸਾਲ ਪਹਿਲਾਂ ਹੀ ਆਇਆ ਹਾਂ ਹਾਂ ਆਪਾਂ ਪਹਿਲਾਂ ਮੈਂ ਸਟੱਡੀ ਕਰਦਾ ਸੀਗਾ ਠੀਕ ਹੈ ਉਦੋਂ ਚਲੋ ਆਪਾਂ ਇਹ ਕੰਮ 'ਚ ਨਹੀਂ ਹੈਗੇ ਨਹੀਂ ਪਏ ਸੀਗੇ ਜਿੱਦਾਂ ਕਹਿ ਦਈਏ ਵੀ ਆਪਾਂ ਥੱਲੇ ਵਾਲੇ ਲੈਵਲ ਤੋਂ ਚੱਲੇ ਆ ਜੀ ਠੀਕ ਆ ਥੱਲੇ ਵਾਲੇ ਲੈਵਲ ਤੋਂ ਚੱਲ ਕੇ ਆਪਾਂ ਚਲੋ ਅੱਜ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈਗਾ ਪਹੁੰਚਦੇ ਕੀਤਾ ਹਨਾ ਹਾਂਜੀ ਸੱਚੇ ਦਿਲੋਂ ਆਪਣਾ ਕੰਮ ਕਰੀਦਾ ਸਹੀ ਗੱਲ ਬਾਕੀ ਆਪਣਾ ਸਾਰੇ ਭਰਾਵਾਂ ਨਾਲ ਫੈਕਟਰੀ ਵਾਲਿਆਂ ਨਾਲ ਕੰਬਾਈਨਾਂ ਨਾਲ ਜਿਹੜੇ ਬਣਾਉਂਦੇ ਆ ਠੀਕ ਆ ਉਹਨਾਂ ਨਾਲ ਆਪਣਾ ਵਧੀਆ ਪ੍ਰੇਮ ਪਿਆਰ ਹੈ ਪੂਰਾ ਵਧੀਆ ਆਪਾਂ ਨੂੰ ਸਹਿਯੋਗ ਕਰਦੇ ਆ ਠੀਕ ਆ ਆਪਾਂ ਮੰਨ ਕੇ ਚਲੋ ਵੀ ਜਦੋਂ ਵੀ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਆ ਮਸ਼ੀਨਾਂ ਲੈਣੀਆਂ ਨੇ ਠੀਕ ਆ ਸਾਡੇ ਨਾਲ ਪੂਰੇ ਐਗਰੀ ਨੇ ਠੀਕ ਆ ਕੋਈ ਸਾਨੂੰ ਸਮੱਸਿਆ ਨਹੀਂ ਦਸ਼ਮੇਸ਼ ਵਾਲਿਆਂ ਦੇ ਅਸੀਂ ਜਦੋਂ ਵੀ ਮੰਨ ਲਓ ਦਸ਼ਮੇਸ਼ ਮਸ਼ੀਨ ਲਈ ਆ ਇਹ 2019 ਤੋਂ ਅਸੀਂ ਦਸ਼ਮੇਸ਼ 'ਚ ਜੁੜੇ ਹਾਂ ਠੀਕ ਆ ਇਹਨਾਂ ਨਾਲ ਵੀ ਸਾਡਾ ਮੰਨ ਲਓ ਬਹੁਤ ਪਿਆਰ ਹੈਗਾ ਭਾਈਆਂ ਵਾਲਾ ਪਿਆਰ ਆ ਉੱਥੇ ਮੁੰਡਾ ਅਮਰਜੀਤ ਹੈ ਅਮਰਜੀਤ ਹਾਂ ਹਾਂ ਉਹ ਚਲੋ ਇਹਨਾਂ ਦਾ ਮੇਨ ਉੱਥੇ ਆਪਣੇ ਪੰਜਾਬ ਨੂੰ ਦੇਖਦਾ ਹੈਗਾ ਹਾਂ 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 ਉਹਦੇ ਨਾਲ ਸਾਡਾ ਬਹੁਤ ਭਾਈਆਂ ਵਾਲਾ ਪਿਆਰ ਹੈ ਠੀਕ ਹੈ ਉਹਨੇ ਸਾਨੂੰ ਅਸੀਂ ਮਸ਼ੀਨਾਂ ਚਲੋ ਆਪ ਵੀ ਲਈਆਂ ਨੇ ਅਸੀਂ ਉਹਨਾਂ ਤੋਂ ਲੈ ਕੇ ਸੇਲ ਵੀ ਕੀਤੀਆਂ ਠੀਕ ਹੈ ਪੂਰੀ ਮੰਨ ਕੇ ਚਲੋ ਵੀ ਜੇ ਫੀਲਡ ਚ ਵੀ ਜਾਣੀ ਉਹ ਪੂਰੀ ਕੋਈ ਦਸ਼ਮੇਸ਼ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਠੀਕ ਆ ਫੀਲਡ ਚ ਵੀ ਉਹ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਤਾਂ ਉਹ ਮੰਨ ਕੇ ਚਲੋ ਵੀ ਉਸੇ ਟਾਈਮ ਪਹੁੰਚਦੇ ਨੇ ਬੜੀ ਸਾਹਿਬ ਜਿਵੇਂ ਇਹਨਾਂ ਆਪਣੀਆਂ ਮਸ਼ੀਨਾਂ ਨੇ ਇਹ 5 ਖੜੀਆਂ ਤੇ 5 ਚ ਆਪਸ ਵਿੱਚ ਕਿੰਨਾ ਕੁ ਫਰਕ ਹੈ ਇੱਕ ਦੂਜੀ ਨਾਲੋਂ ਮਸ਼ੀਨਾਂ ਸਾਰੀਆਂ ਬੰਦੇ ਦੇ ਅੱਡੋ ਅੱਡ ਪਸੰਦ ਨੇ ਹੁਣ ਸਾਡਾ ਬੰਦਾ ਦਸ਼ਮੇਸ਼ ਨੂੰ ਪਸੰਦ ਕਰਦਾ ਠੀਕ ਨੀ ਇੱਕ ਬੰਦਾ ਪੱਕਾ ਉਹ ਕਹਿ ਕੇ ਰਿਹਾ ਕਰਾਂ ਵਿਸ਼ਾਲ ਤੋਂ ਬਿਨਾਂ ਮੈਂ ਸੀਜ਼ਨ ਨਹੀਂ ਲਾਉਣਾ ਚਲਾਉਣੀ ਨੀ ਕੋਈ ਮੈਂ ਨੀ ਚਲਾਉਣੀ ਬਸ ਇਹ ਬੇਇੱਜ਼ਤੀ ਵੀ ਮੇਰਾ ਜਵਾਬ ਠੀਕ ਆ ਬਾ ਆ ਗੱਲ ਅਸੀਂ ਥੋੜੇ ਜਿਹੇ ਇੱਕ ਦੋ ਵਿੱਚ ਬੰਦੇ ਅਸੀਂ ਆਰ ਰਾਉਂਡਰੀ ਸਾਰੀਆਂ ਚਲਾ ਰਹੇ ਨੇ ਠੀਕ ਆ ਜਿਹੜੀ ਹਰਦੀਪ ਕਹਿੰਦਾ ਵੀ ਇਹ ਤੇ ਬਹਿ ਜਾ ਉਹ ਲੈ ਕੇ ਬਾਹਰ ਚਲੋ ਵਧੀਆ ਕੋਈ ਚੱਕਰ ਨਹੀਂ ਬਾਕੀ ਸਾਰੀਆਂ ਵਧੀਆ ਨੇ ਕੰਮ ਵਧੀਆ ਕਰੀਦਾ ਠੀਕ ਆ ਤੇ ਕੰਮ ਨਾਲ ਮਸ਼ੀਨ ਚੱਲਣੀ ਆ ਅੱਗੇ ਨੀਤ ਸਾਹਿਬ ਜਾਈਂਦੀ ਆ ਠੀਕ ਆ
ਬਾਕੀ ਇਹ ਹੈ ਵੀਰੇ ਦੇਖੋ ਹੁਣ ਵਿੱਚ ਬੰਦੇ ਹਨਾ ਕੋਈ ਕਰਤਾਰ ਨੂੰ ਫੋਲੋ ਕਰਦਾ ਵਿਸ਼ਾਲ ਨੂੰ ਕਰਦਾ ਉਹਨਾਂ ਕੋਲ ਸਾਰੀਆਂ ਵਿਸ਼ਾਲ ਹੀ ਰੱਖੀਆਂ ਹੋਈਆਂ ਨੇ ਠੀਕ ਹੈ ਜਿਹਨਾਂ ਕੋਲ ਕਰਤਾਰ ਨੇ ਉਹਨਾਂ ਕੋਲ ਕਰਤਾਰ ਹੀ ਰੱਖੀਆਂ ਹੋਈਆਂ ਨੇ ਆਪਣੇ ਕੋਲ ਸਾਰੀਆਂ ਮਸ਼ੀਨਾਂ ਹੀ ਨੇ ਠੀਕ ਹੈ ਮੇਨ ਕੰਪਨੀਆਂ ਹੈ ਮੰਨ ਲਓ ਵੀ ਅੱਜ ਦੇ ਟਾਈਮ ਚ ਜਿਹਨਾਂ ਨੂੰ ਲੋਕ ਜ਼ਿਆਦਾ ਪ੍ਰੈਫਰ ਕਰਦੇ ਨੇ ਹਾਂਜੀ ਆਪਾਂ ਪ੍ਰੀਤ ਵੀ ਚਲਾਈਆਂ ਨੇ ਠੀਕ ਹੈ ਕੋਈ ਪ੍ਰੀਤ ਮੰਨ ਕੇ ਚਲੋ ਵੀ ਆਪਾਂ ਪ੍ਰੀਤ ਵੀ ਉੱਚੇ ਮਾਡਲ ਚਲਾਈਆਂ ਨੇ 12 ਮਾਡਲ ਤੋਂ ਲੈ ਕੇ 20 ਮਾਡਲ ਤੱਕ ਮਸ਼ੀਨਾਂ ਚਲਾਈਆਂ ਨੇ ਪ੍ਰੀਤ ਵੀ ਠੀਕ ਹੈ ਉਹ ਵੀ ਬਹੁਤ ਵਧੀਆ ਚੱਲਦੀ ਆ ਕੋਈ ਸ਼ਿਕਾਇਤ ਨਹੀਂ ਠੀਕ ਹੈ ਕੋਈ ਭਰਾ ਆਪਣੇ ਕਹਿੰਦਾ ਨੇ ਵੀ ਆਪਾਂ ਨੂੰ ਸਮਾਨ ਦੀ ਦਿੱਕਤ ਆਉਂਦੀ ਆ ਵੀ ਵੱਖੋ ਵੱਖਰੀਆਂ ਹਾਂ 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 ਪਰ ਆ ਦੇਖ ਲਓ ਤੁਹਾਡੇ ਸਾਹਮਣੇ ਆਪਣੇ ਕੋਲ ਖੜੀਆਂ ਨੇ ਠੀਕ ਹੈ ਸਾਰੀਆਂ ਮਸ਼ੀਨਾਂ ਮੰਨ ਲਓ ਵੀ ਇੱਕ ਦੂਜੀ ਨਾਲ ਕੰਪੀਟੀਸ਼ਨ ਚ ਚੱਲਣੀਆਂ ਨੇ ਚੱਲਣੀਆਂ ਨੇਗੀਆਂ ਬਾਕੀ ਐ ਮੰਨ ਲਓ ਅਸੀਂ ਮੈਕਸੀਮਮ ਇੱਕ ਮਸ਼ੀਨ 350 ਤੋਂ ਲੈ ਕੇ 400 ਕਿੱਲਾ 450 ਕਿੱਲਾ ਜਿੱਦਾਂ ਦਾ ਮੰਨ ਕੇ ਚਲੋ ਵੀ ਟਾਈਮ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਮੌਸਮ ਸਹੀ ਰਹਿ ਗਿਆ ਸਹੀ ਰਹਿ ਗਿਆ ਕੰਮ ਥੋੜਾ ਜਿਹਾ ਵਰਕ ਵੱਧ ਕਰ ਦਿੰਦੇ ਵੱਧ ਕਰ ਦਿੰਦੇ ਨੇ ਹਾਂ ਵੀ ਜਿੱਦਾਂ ਇਹ ਮੰਨ ਲਓ ਵੀ ਸਾਰੀਆਂ ਕੰਪੀਟੀਸ਼ਨ ਚ ਭਿੜਦੀਆਂ ਨੇ ਠੀਕ ਹੈ ਡਰਾਈਵਰਾਂ ਦਾ ਵੀ ਆਪਸ ਵਿੱਚ ਪੂਰਾ ਕੰਪੀਟੀਸ਼ਨ ਹੁੰਦਾ ਫਿਰ ਹੁੰਦਾ ਹੀ ਆ ਵੀ ਮੈਂ ਮਾਲਕ ਨੂੰ ਵੱਧ ਵੱਡ ਕੇ ਦਿਖਾਵਾਂ ਹਾਂਜੀ ਹਾਂ ਠੀਕ ਹੈ ਨਾ ਚਲੋ ਜਿਵੇਂ ਕਹਿ ਦਈਏ ਵੀ ਆਪਦੇ ਹਨਾ ਜ਼ਿੰਮੇਵਾਰੀ ਨਾਲ ਚਲਾਉਂਦੇ ਨੇ ਇੱਕ ਦੂਜੇ ਨਾਲ ਪੂਰਾ ਸਹਿਯੋਗ ਕਰਕੇ ਕੰਮ ਕਰਦੇ ਨੇ ਠੀਕ ਹੈ ਕੋਈ ਇਹ ਨਹੀਂ ਹੈਗਾ ਵੀ ਇੱਕ ਮਸ਼ੀਨ ਨੂੰ ਜਿਹੜਾ ਬੰਦਾ ਲੱਗ ਗਿਆ ਵੀ ਇਹਨੇ ਇਹ ਨਹੀਂ ਕਰਨਾ ਇਹਦਾ ਕੰਮ ਠੀਕ ਹੈ ਇਹਨਾਂ ਦਾ ਜਾਣੀ ਆਪਸ ਵਿੱਚ ਵੀ ਵਧੀਆ ਪਿਆਰ ਹੈਗਾ ਠੀਕ ਹੈ ਆਪਣਾ ਸਟਾਫ ਰੱਖਿਆ ਹੋਇਆ ਜੇ ਇੱਕ ਮਸ਼ੀਨ ਨੂੰ ਇਹ ਰਿਪੇਅਰ ਕਰਨ ਲੱਗਦੇ ਨੇ ਹਾਂਜੀ ਤਾਂ ਇਹਨਾਂ ਦਾ ਇਹ ਨਹੀਂ ਪਤਾ ਵੀ ਇੱਕ ਮਸ਼ੀਨ ਨੂੰ ਸਾਰੀ ਲੱਗ ਜਾਣਾ ਸਾਰੀ ਲੱਗ ਜਾਣਾ ਠੀਕ ਹੈ ਆ ਮੇਰੇ ਤੇ ਰਹੀ ਨਹੀਂ ਵੀ ਇੱਕ ਮੰਨ ਕੇ ਚੱਲੋ ਵੀ ਮੈਂ ਤਾਂ ਇਹੀ ਚਲਾਉਣੀ ਆ ਜਾਂ ਚਲੋ ਜਿਵੇਂ ਅੱਜ ਦੇ ਟਾਈਮ ਚ ਆਪਾਂ ਸਮਾਨ ਦੀ ਗੱਲ ਕਰਦੇ ਹਾਂ ਦੇਖੋ ਸਮਾਨ ਸਾਰਿਆਂ ਦੇ ਸੇਮ ਹੀ ਹੈ ਸੇਮ ਹੀ ਪੈਂਦਾ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਚ ਕੋਈ ਡਿਫਰੈਂਸ ਆ ਬੈਰੰਗ ਨੇ ਪੈਂਦੇ ਨੇ ਰਬੜਾਂ ਵਗੈਰਾ ਜੋ ਵੀ ਪੈਂਦਾ ਉਹ ਸਾਰਾ ਸੇਮ ਹੀ ਹੈ ਜੀ ਕੋਈ ਚੇਂਜਰ ਦਾ ਸਮਾਨ ਕੋਈ ਗੈਲ ਡਰਮ ਦੇ ਮੰਨ ਲਓ ਜੋ ਵੀ ਬੁਸ ਲਾ ਲਓ ਹੋਰ ਜੋ ਵੀ ਸਮਾਨ ਇਹਨਾਂ ਚ ਪੈ ਰਿਹਾ ਅੱਜ ਦੇ ਟਾਈਮ ਚ ਸਾਰੀਆਂ ਮਸ਼ੀਨਾਂ ਦਾ ਸੇਮ ਹੀ ਹੈ ਸੇਮ ਹੀ ਹੈ ਅੱਗੇ ਹੁੰਦਾ ਸੀ ਹਰਦੀਪ ਕੋਈ ਪਤਲੀ ਸਾਫਟ ਵਾਲੀ ਆ ਗਈ ਕੋਈ ਕਾਦੇ ਵਾਲੀ ਆ ਗਈ ਉਹਦਾ ਨਹੀਂ ਮਿਲਦਾ ਸੀਗਾ ਮੰਨ ਲਓ ਵੀ ਜਿਹੜੀਆਂ ਉੱਚੇ ਮਾਡਲ ਮਸ਼ੀਨਾਂ ਨੇ ਤੇ 11 ਨੰਬਰ ਵੈਰਿੰਗ ਵਾਲੀਆਂ ਨੇ ਸਾਰੀਆਂ ਹਾਂ ਮੋਟੀਆਂ ਸਾਫਟ ਵਾਲੀਆਂ ਆ ਗਈਆਂ ਹਾਂ ਜੀ ਹਾਂ ਤਕਰੀਬਨ ਹੁਣ ਤਾਂ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਕਦੇ ਦੇਖੀ ਨਹੀਂ ਵੀ ਉਹ ਨਵੀਂ ਮਸ਼ੀਨ ਉੱਥੇ ਸਾਫਟ ਭੰਨੀ ਖੜੀ ਆ ਠੀਕ ਆ ਹੁਣ ਤਾਂ ਤਕਰੀਬਨ ਜੇ ਚਲਾਤੀਆਂ ਮੰਨ ਕੇ ਚੱਲ ਲਓ ਵੀ ਆਪਦਾ ਸੀਜ਼ਨ ਪਾਰ ਲਾ ਜਾਂਦੀਆਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਕੋਈ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਚਲੋ ਵਧੀਆ ਚਲੋ ਠੀਕ ਹੈ ਹਰਦੀਪ ਸਿੰਘ ਸਮਾਂ ਦੇਣ ਲਈ ਧੰਨਵਾਦ ਭਾਈ ਸਟਾਫ ਦਾ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਹਫ਼ਤੇ ਤੱਕ ਅਸੀਂ ਤੁਹਾਨੂੰ ਦੁਬਾਰੇ ਬੁਲਾਵਾਂਗੇ ਆਪਾਂ ਨਵੀਂ ਮਸ਼ੀਨ ਦੀ ਡਿਲੀਵਰੀ ਦੇਵਾਂਗੇ ਠੀਕ ਆ ਆਪਣੀ ਨਵੀਂ ਮਸ਼ੀਨ ਆ ਰਹੀ ਆਪਾਂ ਤਰਨ ਤਰਨ ਸਾਈਡ ਸੇਲ ਕੀਤੀ ਹੈ ਠੀਕ ਆ ਉਦਨੇ ਆਪਾਂ ਤੁਹਾਨੂੰ ਬੁਲਾਵਾਂਗੇ ਜਦੋਂ ਮੈਂ ਜਦੋਂ ਲੈ ਕੇ ਆਵਾਂਗੇ ਉਦੋਂ ਵੀ ਤੁਹਾਨੂੰ ਬੁਲਾਵਾਂਗੇ ਮੈਂ ਜਿਸ ਨਾਲ ਲੈ ਚੱਲੀ ਹਾਂ ਨਾਲ ਤਾਂ ਤੁਹਾਨੂੰ ਲੈ ਕੇ ਚੱਲਾਂਗੇ ਨਾਲ ਤੁਹਾਨੂੰ ਲੈ ਕੇ ਚੱਲਾਂਗੇ ਚਲੋ ਆਪਾਂ ਬਕਾਇਦਾ ਉੱਥੇ ਇੰਟਰਵਿਊ ਤੁਹਾਨੂੰ ਫੈਕਟਰੀ ਵਾਲਿਆਂ ਨਾਲ ਵੀ ਕਰਵਾਵਾਂਗੇ ਕੋਈ ਗੱਲ ਨਹੀਂ ਕਿਵੇਂ ਉਹਨਾਂ ਦਾ ਇਸ ਟਾਈਮ ਸੀਜ਼ਨ ਕਿੱਦਾਂ ਦਾ ਚੱਲ ਰਿਹਾ ਠੀਕ ਹੈ ਤੁਹਾਨੂੰ ਆਪਾਂ ਮੰਨ ਕੇ ਚਲੋ ਵੀ ਜੱਸੀ ਚ ਤੇ ਗੁਰਦਿਆਲ ਚ ਠੀਕ ਹੈ ਉਹਨੇ ਫੈਕਟਰੀਆਂ ਚ ਆਪਾਂ ਉਸ ਦਿਨ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਜਿਸ ਦਿਨ ਆਪਾਂ ਡਿਲੀਵਰੀ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਜਦੋਂ ਮਰਜ਼ੀ ਦੱਸ ਦੇ ਠੀਕ ਹੈ ਭਰਾ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਕੋਲੇ ਪਹੁੰਚੇ ਨਾ ਨਾ ਕੋਈ ਗੱਲ ਹੀ ਨਹੀਂ ਜੀ